ਖਰੜ ਮੰਡੀ ਵਿੱਚ ਕਿਹੋ ਜਿਹੇ ਪ੍ਰਬੰਧ ਨੇ ਇਹ ਵੀ ਜਾਣਿਆ ਸਾਡੇ ਪੱਤਰਕਾਰ ਰਵਿੰਦਰ ਸਿੰਘ ਨੇ। 1 ਅਪ੍ਰੈਲ ਤੋਂ ਹਾੜੀ ਦੀ ਫਸਲ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਮੰਡੀਆਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ। ਇਸ ਸਮੇਂ ਮੈਂ ਖਰੜ ਦਾਣਾ ਮੰਡੀ ਦੇ ਵਿੱਚ ਖੜਾ ਜਿੱਥੇ ਕਿ ਫਸਲ ਮੰਡੀ ਦੇ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਹੈ ਤੇ ਜੋ ਕਣਕ ਦੀ ਜੋ ਫਸਲ ਦੀ ਸਾਫ਼ ਸਫਾਈ ਚੱਲ ਰਹੀ ਹੈ ਤੇ ਇਸ ਤੋਂ ਇਲਾਵਾ ਅਗਰ ਤਿਆਰੀਆਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ, ਚਾਹੇ ਉਹ ਸਾਫ਼ ਸਫਾਈ ਦੀ ਗੱਲ ਹੋਵੇ ਚਾਹੇ ਉਹ ਪਾਣੀ ਦੀ ਵਿਵਸਥਾ ਦੀ ਗੱਲ ਹੋਵੇ, ਤਾਂ ਸਾਰੀਆਂ ਹੀ ਜੋ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਪੂਰੀਆਂ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸਾਡੇ ਨਾਲ ਜੋ ਮੰਡੀ ਸੁਪਰਵਾਈਜ਼ਰ ਬਲਵਿੰਦਰ ਜੀ ਅਤੇ ਚਰਨਜੀਤ ਜੀ ਦੇ ਇਹਨਾਂ ਨਾਲ ਗੱਲ ਕਰਦੇ ਕਿ ਕਣਕ ਦੀ ਫਸਲ ਦੀ ਖਰੀਦ ਲਈ ਕੀ ਤਿਆਰੀਆਂ ਹੁਣ ਤੱਕ ਤੁਸੀਂ ਕਰ ਲਈ? ਸਾਡੇ ਕੋਲ ਸਾਰੇ ਪਾਣੀ ਦੇ ਪ੍ਰਬੰਧ ਹੈ ਜੀ, ਛਾਂ ਦੇ, ਬਿਜਲੀ ਦੇ, ਸਾਰੇ ਜਿੰਨੇ ਪ੍ਰਬੰਧ ਆ ਸਾਡੇ ਮਾਰਕੀਟ ਕਮੇਟੀ ਦੇ ਸਾਰੇ ਪ੍ਰਬੰਧ ਮੁਕੰਮਲ ਹੈ। ਖਰੀਦ ਦੀ ਤਿਆਰੀ ਸ਼ੁਰੂ ਹੈ ਜੀ, ਕਣਕ ਆ ਗਈ, ਰੇਟ ਲੱਗੇਗਾ। ਪਹਿਲਾਂ ਕਰਕੇ ਥੋੜ੍ਹਾ ਮੋਇਸਚਰ ਆ ਰਿਹਾ, ਉਹ ਤੋਂ ਬਾਅਦ 2-4 ਦਿਨ ਵਿੱਚ ਠੀਕ ਹੋ ਜਾਏਗਾ। ਜਿਹੜਾ ਮੋਇਸਚਰ ਆ ਰਿਹਾ ਇਹਦੇ ਕਰਕੇ 1-2 ਦਿਨ ਕਣਕ 'ਤੇ ਲੱਗਣ ਲੱਗ ਜਾਏਗੀ, ਬੋਲੀ ਹੋਣ ਸ਼ੁਰੂ ਹੋ ਜਾਏਗੀ। ਮੈਂ ਖਰੀਦ ਅਸੀਂ ਆਈਆਂ ਹੋਈਆਂ ਇੱਥੇ, ਕਣਕ ਠੀਕ ਆਉਣ 'ਤੇ ਜਦੋਂ ਬੋਲੀ ਸ਼ੁਰੂ ਹੋ ਜਾਏਗੀ। ਨਹੀਂ ਠੀਕ ਹੈ, ਐਤਕੀ ਸਮੱਸਿਆ ਕੋਈ ਸਮੱਸਿਆ ਨਹੀਂ ਹੈ, ਪਾਣੀ ਵੀ ਠੀਕ ਹੈ, ਸਾਫ਼ ਸਫਾਈ ਵੀ ਠੀਕ ਹੈ? ਨਹੀਂ ਜੀ, ਕੋਈ ਸਮੱਸਿਆ ਨਹੀਂ, ਮੁੱਢਲੀ ਸਹਾਇਤਾ ਬੜੀ ਵਧੀਆ ਜੀ, ਪਾਣੀ ਵੀ ਦਾ ਵਧੀਆ ਪ੍ਰਬੰਧ ਹੈ ਜੀ, ਸਾਫ਼ ਸਫਾਈ ਦਾ ਬਹੁਤ ਵਧੀਆ ਪ੍ਰਬੰਧ ਹੈ ਜੀ। 2-4 ਦਿਨ 'ਚ ਹੋਰ ਕਣਕ ਆ ਜਾਏਗੀ ਜੀ, ਵਧੀਆ ਮਤਲਬ ਪ੍ਰਬੰਧ ਹੈ ਜੀ, ਦੇਖਣ ਨੂੰ ਵਧੀਆ। ਤਾਂ ਪ੍ਰਬੰਧ ਵਧੀਆ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਇੱਕ ਵਾਰੀ ਫਿਰ ਤੋਂ ਮੈਂ ਤਸਵੀਰ ਦਿਖਾਉਣਾ ਚਾਹੂੰਗਾ ਕਿ ਕਿਸ ਤਰ੍ਹਾਂ ਨਾਲ ਮੰਡੀ ਦੇ ਵਿੱਚ ਕਣਕ ਦੀ ਫਸਲ ਦੀ ਖਰੀਦ ਜੋ ਸ਼ੁਰੂ ਹੋ ਚੁੱਕੀ ਹੈ, ਜੋ ਕਣਕ ਦੀ ਸਾਫ਼ ਸਫਾਈ ਦਾ ਖਿਆਲ ਰੱਖਿਆ ਜਾ ਰਿਹਾ ਕਿ ਕਣਕ ਸਾਫ਼ ਜੋ ਬੋਰੀਆਂ ਦੇ ਵਿੱਚ ਭਰੀ ਜਾਵੇ। ਇਸ ਤੋਂ ਇਲਾਵਾ ਲੇਬਰ ਜੋ ਮੰਡੀ ਦੇ ਵਿੱਚ ਪਹੁੰਚ ਚੁੱਕੀ ਹੈ, ਲੇਬਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ, ਕਿਸਾਨ ਵੀ ਆਪਣੀ ਫਸਲ ਲੈ ਕੇ ਮੰਡੀ ਦੇ ਵਿੱਚ ਪਹੁੰਚ ਚੁੱਕੀ ਹੈ ਅਤੇ ਪ੍ਰਸ਼ਾਸਨ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਜੋ ਪੂਰੀ ਮੰਡੀ ਦੇ ਵਿੱਚ ਕਣਕ ਦੀ ਫਸਲ ਦੀ ਖਰੀਦ ਨੂੰ ਲੈ ਕੇ ਪੂਰੀਆਂ ਤਿਆਰੀਆਂ ਕਰ ਲਿੱਤੀਆਂ ਗਈਆਂ ਨੇ। ਕੈਮਰਾਮੈਨ ਪ੍ਰਮੋਦ ਦੇ ਨਾਲ ਰਵਿੰਦਰ ਸਿੰਘ, ਜੀ ਮੀਡੀਆ, ਖਰੜ। ਇਸੇ ਤਰ੍ਹਾਂ ਪੰਜਾਬ ਕੀ ਬਾਤ 'ਚ ਵੀ ਅਸੀਂ ਕਿਸਾਨਾਂ ਦੇ ਨਾਲ ਜੁੜੇ ਮੁੱਦਿਆਂ 'ਤੇ ਗੱਲਬਾਤ ਕੀਤੀ, ਜਿਵੇਂ ਕਿ ਸੰਤ ਬਲਬੀਰ ਸਿੰਘ ਸਿੱਚੇਵਾਲ ਨੇ ਵੀ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨੇ ਚਾਹੀਦੇ ਨੇ ਅਤੇ ਸਿੰਚਾਈ ਸਿਸਟਮ, ਡਰੇਨ ਸਿਸਟਮ 'ਚ ਵੀ ਬਦਲਾਅ ਕਰਨਾ ਚਾਹੀਦਾ। ਇਹਨਾਂ ਮੁੱਦਿਆਂ 'ਤੇ ਜਲੰਧਰ ਤੋਂ ਸਾਡੇ ਪੱਤਰਕਾਰ ਰਾਜੀਵ ਵਧਵਾ ਨੇ ਕਿਸਾਨਾਂ ਨਾਲ ਖਾਸ ਗੱਲਬਾਤ ਕੀਤੀ। ਪੰਜਾਬ ਕੀ ਬਾਤ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਕਿਸਾਨਾਂ ਦੇ ਨਾਲ, ਅਤੇ ਕਿਸਾਨਾਂ ਦੇ ਨਾਲ ਜਿੱਦਾਂ ਕਿ ਹੁਣ ਕਣਕ ਦੀ ਲਿਫਟਿੰਗ ਹੋਣ ਵਾਲੀ ਹੈ, ਉਹਨਾਂ ਲਈ ਕੀ ਇੰਤਜ਼ਾਮ ਹੋਣੇ ਚਾਹੀਦੇ ਮੰਡੀਆਂ ਦੇ ਵਿੱਚ, ਅਤੇ ਕੁਛ ਹੋਰ ਵੀ ਗੱਲਾਂ ਨੇ ਕਿ ਜਿੱਦਾਂ ਯੂਰੀਆ, ਖਾਦ, ਉਹਦੇ ਕੀ ਸਬਸਿਡੀ ਹੋਣੀ ਚਾਹੀਦੀ ਹੈ, ਇਸ ਤੋਂ ਇਲਾਵਾ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣੇ ਚਾਹੀਦੇ ਹੈ ਜਿੱਦਾਂ ਕਿ ਸੰਤ ਸੀਚੇਵਾਲ ਜੀ ਨੇ ਕਿਹਾ, ਕੀ ਸਾਡੇ ਕਿਸਾਨ ਇਹਦੇ ਨਾਲ ਸਹਿਮਤ ਹਨ? ਆਓ ਅਸੀਂ ਗੱਲ ਕਰਦੇ ਹਾਂ ਕੁਝ ਕਿਸਾਨਾਂ ਦੇ ਨਾਲ। ਅੱਛਾ ਸਰ, ਜਿਹੜੀ ਹੁਣ ਗੱਲਾਂ ਕੀਤੀਆਂ ਜਾ ਰਹੀਆਂ ਕਿਸਾਨਾਂ ਦੇ ਲਈ ਕਰਜ਼ੇ ਮਾਫ਼ ਹੋਣੇ ਚਾਹੀਦੇ, ਕੀ ਮਾਫ਼ ਹੋਣੇ ਚਾਹੀਦੇ ਹੈ? ਦੇਖੋ, ਅਗਰ ਕਰਜ਼ਿਆਂ ਦੀ ਗੱਲ ਕੀਤੀ ਜਾਵੇ, ਇਸ ਵਾਰ ਮਾਫ਼ ਕਰਦੇ ਹੋ ਤਾਂ ਕੋਈ ਹਰਜ ਨਹੀਂ, ਮਾਫ਼ ਹੋਣੇ ਚਾਹੀਦੇ ਹੈ, ਕਿਉਂਕਿ ਲੋਕ ਕਿਸਾਨਾਂ ਦੀ ਹਾਲਤ ਬਹੁਤ ਅੱਛੀ ਨਹੀਂ, ਕਿਸਾਨੀ ਇਸ ਵੇਲੇ ਬਹੁਤੀ ਅੱਛੀ ਹਾਲਤ ਵਿੱਚ ਨਹੀਂ ਹੈ। ਉਹਨਾਂ ਨੂੰ ਮਾਫ਼ ਕਰਨ ਦੇ ਬਾਅਦ ਉਹਨਾਂ ਦੀ ਹਾਲਤ ਇਸ ਤਰੀਕੇ ਨਾਲ ਉਹਨਾਂ ਦੀ ਇਨਕਮ ਵਧਾਈ ਜਾਏ ਤਾਂ ਕਿ ਵਾਰ ਵਾਰ ਮਾਫ਼ ਕਰਨ ਦੀ ਕੰਡੀਸ਼ਨ ਨਾ ਆਵੇ। ਔਰ ਡ੍ਰਿਪ ਸਿਸਟਮ ਦੇ ਵਿੱਚ ਕੋਈ ਸਬਸਿਡੀ ਦੇ ਕੇ ਲੋਕਾਂ ਨੂੰ ਇਸ ਰਸਤੇ ਵਿੱਚ ਉਤਸ਼ਾਹਿਤ ਕੀਤਾ ਜਾਵੇ। ਉਹਨੂੰ ਇਹਦੇ ਬਾਰੇ ਬਿਲਕੁਲ ਜ਼ਿਆਦਾ ਧਿਆਨ ਦੇਣਾ ਚਾਹੀਦਾ, ਕਿਉਂਕਿ ਇਹਦੇ ਸਿਰ 'ਤੇ ਹੀ ਬਹੁਤ ਸਾਰੇ ਲੋਕਾਂ ਦਾ, ਜਿੱਦਾਂ ਕਹਿ ਲਓ ਕਿ 75% ਲੋਕ ਸਾਡੇ ਇਹਦੇ ਖੇਤੀਬਾੜੀ 'ਤੇ ਨਿਰਭਰ ਕਰਦੇ, ਜੀਵਨ ਨਿਰਭਰ ਕਰਦਾ। ਔਰ ਜੋ ਖੇਤੀ ਆ ਪੂਰੇ ਦੁਨੀਆ 'ਚ, ਮੈਂ ਨਹੀਂ ਕਹਿੰਦਾ ਇਕੱਲੇ ਪੰਜਾਬ 'ਚ, ਹਿੰਦੁਸਤਾਨ 'ਚ, ਪਰ ਪੂਰੀ ਦੁਨੀਆ 'ਚ ਇਸ ਟਾਈਮ ਜੋ ਘਾਟੇ ਦਾ ਸੌਦਾ ਬਣਦਾ ਜਾ ਰਿਹਾ, ਉਹਨੂੰ ਡਿਵੈਲਪ ਕਰਨ ਲਈ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਔਰ ਸਰਕਾਰਾਂ ਨੂੰ ਇਹ ਕਰਨਾ ਚਾਹੀਦਾ ਅੱਗੇ ਆ ਕੇ। ਅਤੇ ਕੀ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣੇ ਚਾਹੀਦੇ? ਬਿਲਕੁਲ, ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣੇ ਚਾਹੀਦੇ ਆ, ਉਹਨਾਂ ਦੀ ਫਸਲ ਦਾ ਉਹਨਾਂ ਨੂੰ ਸਹੀ ਮੁੱਲ ਮਿਲਣਾ ਚਾਹੀਦਾ ਔਰ ਸਮੇਂ ਸਿਰ ਉਹਨਾਂ ਦੀ ਜਿਹੜੀ ਆ ਜੋ ਵੀ ਜਿਹੜੀ ਵੀ ਉਹਨਾਂ ਦੀ ਪੈਦਾ ਕੀਤੀ ਹੋਈ ਕਣਕ ਆ ਜਾਂ ਕੋਈ ਹੋਰ ਵੀ ਫਸਲ ਆ ਉਹਨੂੰ ਚੱਕਿਆ ਜਾਣਾ ਚਾਹੀਦਾ। ਨਾਲ ਡਰੇਨ ਸਿਸਟਮ ਹੋਣਾ ਚਾਹੀਦਾ ਜੀ, ਕਿਸਾਨਾਂ ਨੂੰ ਫਸਲ ਦੇ ਵਾਜਬ ਮੁੱਲ ਮਿਲਣਾ ਚਾਹੀਦਾ ਹੈਗਾ। ਕਣਕ ਦਾ ਰੇਟ ਇਸ ਵੇਲੇ ਬਹੁਤ ਡਾਊਨ ਹੈਗਾ, ਘੱਟ ਹੈਗਾ, ਥੋੜ੍ਹਾ ਜਿਹਾ ਉੱਪਰ ਚਾਹੀਦਾ ਹੈਗਾ। ਨਦੀਆਂ ਦਾ ਗੰਦਾ ਪਾਣੀ ਰੋਕਿਆ ਜਾਣਾ ਚਾਹੀਦਾ, ਸੰਤ ਸੀਚੇਵਾਲ ਜੀ ਨਾਲ ਸਹਿਮਤ ਤੁਸੀਂ? ਹਾਂਜੀ, ਪੂਰੀ ਤਰ੍ਹਾਂ ਸਹਿਮਤ ਜੀ। ਅੱਜ ਅਸੀਂ ਗੱਲ ਕੀਤੀ ਜਲੰਧਰ ਦੇ ਕਿਸਾਨਾਂ ਦੇ ਨਾਲ, ਜਲੰਧਰ ਦੇ ਕਿਸਾਨਾਂ ਦਾ ਜ਼ਿਆਦਾਤਰ ਇਹੀ ਕਹਿਣਾ ਹੈ ਕਿ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣੇ ਚਾਹੀਦੇ ਹਨ ਅਤੇ ਯੂਰੀਆ ਅਤੇ ਬੀਜਾਂ ਦੇ ਉੱਤੇ ਜੋ ਸਬਸਿਡੀ ਦਿੱਤੀ ਜਾ ਰਹੀ ਹੈ ਉਹ ਜਾਰੀ ਰਹਿਣੀ ਚਾਹੀਦੀ ਹੈ। ਅਸੀਂ ਅੱਜ ਗੱਲ ਕੀਤੀ ਸੰਤ ਸੀਚੇਵਾਲ ਜੀ ਨੇ ਡਰੇਨ ਪ੍ਰੋਜੈਕਟ ਦੇ ਉੱਤੇ ਵੀ, ਅਤੇ ਜ਼ਿਆਦਾਤਰ ਕਿਸਾਨਾਂ ਦਾ ਇਹੀ ਕਹਿਣਾ ਕਿ ਡਰੇਨ ਪ੍ਰੋਜੈਕਟ ਜੋ ਸੰਤ ਸੀਚੇਵਾਲ ਜੀ ਨੇ ਬਣਾਇਆ ਹੈ ਉਹ ਦੇਸ਼ ਲਈ ਬਹੁਤ ਜ਼ਿਆਦਾ ਲਾਹੇਮੰਦ ਹੈ ਅਤੇ ਉਹ ਜਾਰੀ ਰਹਿਣਾ ਚਾਹੀਦਾ ਹੈ ਅਤੇ ਇਸ ਪ੍ਰੋਜੈਕਟ ਨੂੰ ਸਾਰੇ ਦੇਸ਼ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕੈਮਰਾ ਪਰਸਨ ਵਿੱਕੀ ਸ਼ਰਮਾ ਦੇ ਨਾਲ ਰਾਜੀਵ ਅਦਵਾਸ, ਜ਼ੀ ਮੀਡੀਆ।